ਤੂੰ ਹਿਸਟਰੀ ਨੀ ਕਹਿੰਦੇ $50 ਜੱਫੇ ਤੋਂ ਖੁਸ਼ ਹੋ ਕੇ ਤੇ $50 ਜਿਹੜਾ ਐਕਸ਼ਨ ਕਰਦਾ ਉਹ ਤੋਂ ਖੁਸ਼ ਹੋ ਕੇ ਆ। ਕਿਆ ਬਾਤ ਕਿਆ ਬਾਤ ਹੈ, ਬਾਸੀ ਸਭ ਪਹਿਲਾ ਬਣ ਗਿਆ ਬੰਗਲੇ ਨੀ ਪਹਿਲਾ ਬਣ ਗਿਆ। ਅਸੀਂ ਗੁਰੂਆਂ ਦੀ ਨਗਰੀ ਤੋਂ ਪੁੱਜਿਆ ਹੋਇਆ ਕਿ ਜਿੱਥੇ ਬਾਬਾ ਜਨਮ ਲਿਆ ਨਨਕਾਣਾ ਹੋਣੀ ਥਾਂ ਭੈਣ ਨਾਨਕੀ ਕਹੇ ਵੀਰ ਦਾ ਨਾਨਕ ਰੱਖਣਾ ਨਾ ਲਓ ਸਾਹਮਣੇ ਇਸ ਵੇਲੇ ਅਰਸ਼ਨਾਨ ਪੱਟੂ ਮੇਰੇ ਵੀਰੋ ਬਾਬਰ ਗੁੱਜਰ ਦਾ ਸ਼ਗਿਰਦ ਕਬੱਡੀ ਪਾ ਲਿਆ ਸਾਹਮਣੇ ਚਾਰ ਚਾਰੇ ਤਿਆਰ ਹੈ ਆਓ ਦੇਖਣਾ ਸਿਰੇ ਦੀ ਟੱਕਰ ਧਰਿਆ ਹੋਇਆ ਧਾਨ ਤੇ ਹੱਥ ਹੈ ਚਿੱਟੀਆਂ ਕਪਾਹਾਂ ਫੁੱਟੀਆਂ ਵਰਗੇ ਨਿੱਕੀ ਨਿੱਕੀ ਧੁੱਪ ਹੈ ਨਿਊਜ਼ੀਲੈਂਡ ਦੀ ਖੇਡ ਗਰਾਊਂਡ ਮੇਰੇ ਵੀਰੋ ਅਰਸ਼ਨਾਨ ਪੱਟੂ ਪਰ ਹਜੇ ਬਾਹਰੇ ਘਟਦੇ ਆ ਜੱਫੇ ਲਾਉਣੇ ਪੈਣੇ ਆ ਗੱਲਾਂ ਕਰਵਾਉਣੀਆਂ ਪੈਣੀਆਂ ਨੌਜਵਾਨ ਆਹ ਸਾਹਮਣੇ ਕਹਿੰਦੇ ਕਬੱਡੀ ਪਈ ਹੋਈ ਆ ਲਵਲੀ ਦੀ ਕਬੱਡੀ ਤੇ ਆ ਕਹਿੰਦੇ ਮਲਕੀਤ ਆ ਮਲਕੀਤ ਆ ਮਲਕੀਤ ਪਰ ਕਾਲੀ ਸਾਰੀ ਦਾ ਆ ਕਾਲੀ ਸਾਰੀ ਦਾ ਲਵਲੀ ਆ ਗੱਲ ਸੁਣਿਆ ਕਹਿੰਦੇ ਕਨਾਲ ਹੋ ਗਈ ਆ ਤਕੜਾ ਮੈਚ ਖੇਡਿਆ ਜਾ ਰਿਹਾ ਹੈ ਮੇਰੀ ਬੇਨਤੀ ਚੜ੍ਹਦੀ ਕਲਾ ਸਪੋਰਟਸ ਕਲੱਬ ਪਾਪਾ ਮੋਹਾ ਤੇ ਆਫਲੈਂਡ ਕਲੱਬ ਦੋਨੇ ਟੀਮਾਂ ਜਲਦੀ ਦਾ ਖੇਡ ਗਰਾਊਂਡ ਦੇ ਵੱਲ ਆ ਜਾਣ ਦੋਨੇ ਟੀਮਾਂ ਆਓ ਦੇਖਾਂਗੇ ਸ਼ਿਵਾਨੀ ਗੁੱਜਰ ਨੰਬਰ ਆਪਣੀ ਟੀਮ ਦੇ ਹਿੱਸੇ ਜੁੜਦਾ ਹੋਇਆ ਅਰਸ਼ਨਾਨ ਪੱਟੂ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਕਿ ਸੋਨੀ ਵਾਗੇ ਦੀ ਸਰਹੱਦੇ ਤੈਨੂੰ ਤੱਤੀ ਵਾਹਣ ਲੱਗੇ ਤੈਨੂੰ ਲੱਕੜ ਫੁੱਲ ਗੁਲਾਬ ਦੇ ਨੀ ਬੰਬ ਇੱਧਰ ਡਿੱਗੇ ਜਾਂ ਬੰਬ ਉੱਧਰ ਡਿੱਗੇ ਤਾਂ ਵੀ ਮਰਨੇ ਆ ਪੁੱਤ ਪੰਜਾਬ ਦੇ ਨੀ ਲਓ ਨੰਬਰ ਆਪਣੀ ਟੀਮ ਦੇ ਹਿੱਸੇ ਜੁੜਦਾ ਹੋਇਆ ਉਹ ਜੁੱਟਾ ਵਾਲੇ ਮੰਦਰ ਦੀ ਕਬੱਡੀ ਤੇ ਦੁੱਕਾ ਵਾਲਾ ਕਹਿੰਦੇ ਅੰਮ੍ਰਿਤ ਟਰਾਈ ਕਰਦਾ ਉਹ ਦੇਖਾਂਗੇ ਅੰਮ੍ਰਿਤ ਤੇ ਮੰਦਰ ਮੰਦਰ ਤੇ ਅੰਮ੍ਰਿਤ ਕੀ ਵੇਸੇ ਆਵੇਗਾ ਨੰਬਰ ਖੇਡ ਮੈਦਾਨ ਦੇ ਅੰਦਰ ਦੋਨੇ ਖਿਡਾਰੀਆਂ ਦੇ ਵਿਚਕਾਰ ਲੱਗਦਾ ਹੋਇਆ ਜ਼ੋਰ ਜ਼ੋਰ ਤੇ ਜਵਾਨੀ ਉਮਰਾਂ ਦੇ ਖੇਡ ਕਬੱਡੀ ਵਿੱਚ ਹੁੰਦੇ ਯਾਰ ਉਸਾਨਾ ਵਾਲੇ ਭੇਦ ਕਬੱਡੀ ਵਿੱਚ ਹੁੰਦੇ ਯਾਰ ਉਸਾਨਾ ਵਾਲੇ ਬਿੰਦੂ ਹੇਸਟਿੰਗ ਜੀ 14 ਤਰੀਕ ਨੂੰ ਸੱਦੇ ਦੇ ਰਹੇ ਆ ਜੇਤੂ ਹੈ ਮੇਰੇ ਵੀਰੋ ਹਰਵਿੰਦਰ ਸਿੰਘ ਰੈਂਕੂ ਖਰੈਟੀ ਹਰਿਆਣੇ ਵਾਲਾ ਦਰਸ਼ ਸਿੰਘ ਕੋਚ ਹੋਣਾ ਨੇ ਕਬੱਡੀ ਦੀਆਂ ਬਰੀਕੀਆਂ ਸਿਖਾਈਆਂ ਪਰ ਇਹ ਉਹ ਖਿਡਾਰੀ ਹੈ ਪੰਜਾਬ ਦੇ ਵਿੱਚ ਗੱਲਾਂ ਹੋਈਆਂ ਉਹ ਸਾਹਮਣੇ ਤੀਮਿਆਂ ਵਾਲਾ ਗੋਪਾ ਖੇਡ ਮੈਦਾਨ ਦੇ ਅੰਦਰ ਕਰਦਾ ਟਰਾਈ ਰੈਂਕੂ ਤੇ ਗੋਪਾ ਗੋਪਾ ਤੇ ਰੈਂਕੂ ਦੇ ਸਾਹਮਣੇ ਉਹ ਪਹਿਲਾ ਪਹਿਲਾ ਆਉਂਦੀ ਪਈ ਹੈ ਸਿੰਘ ਇੰਦੂ ਕਬੱਡੀ ਪਾ ਰਿਹਾ ਅਮਨ ਖੱਤਰੀ ਦੇ ਨਾਲ ਮੁਕਾਬਲਾ ਦੀਪਕ ਸਿੰਘ ਹੋਣਾ ਦਹੇਤਾ ਹੈ ਗੋਪੇ ਪੈਸਾ ਦਹੇਤਾ ਹੈ ਇਹ ਕਹਿੰਦੇ ਨੌਜਵਾਨ ਬਬਲੂ ਕੁਰੂਕਸ਼ੇਤਰ ਦਾ ਦਹੇਤਾ ਮੇਰੇ ਵੀਰੋ ਪਰ ਪੁਆਇੰਟ ਦੇ ਵਿੱਚ ਬੈਠਾ ਸ਼ਮਲਾ ਖਿਆੜਾ ਮਾਰ ਕਰ ਰਹਾ ਮੁੰਡੇ ਦੀ ਖੇਡ ਦੇ ਕਹਿੰਦਾ ਜਿੰਨੇ ਨੰਬਰ ਅੱਬੂ ਬੱਕੇ ਡੋਗਰ ਲਵੇਗਾ ਪਾਕਿਸਤਾਨ ਵਾਲਾ ਹਰ ਇੱਕ ਨੰਬਰ ਤੇ $50 ਹੋਣਗੇ ਉਹ ਦੇਖਾਂਗੇ ਸਾਹਮਣੇ ਝਨੇਰ ਵਾਲਾ ਆਸ਼ੂ ਜਿਹਦੇ ਬਾਪੂ ਨੇ ਦੁਨੀਆਂ ਦੀ ਮਹਿੰਗੀ ਕਬੱਡੀ ਖੇਡੀ ਆ ਇਹ ਦਲਵਰ ਝਨੇਰ ਦਾ ਪੁੱਤ ਉਹ ਕਹਿੰਦੇ ਆਸ਼ੂ ਝਨੇਰ ਹੈ ਉਹ ਕਹਿੰਦੇ ਦਲਵਰ ਝਨੇਰ ਦਾ ਪੁੱਤ ਆਸ਼ੂ ਝਨੇਰ ਦਾ ਨੰਬਰ ਜਿੰਨੇ ਵੀ ਗੁਰੂ ਘਰਾਂ ਦੀਆਂ ਕਮੇਟੀਆਂ ਸਾਡੇ ਵਿਚਕਾਰ ਪੁੱਜੀਆਂ ਅਸੀਂ ਸਭ ਦਾ ਤਹਿ ਦਿਲੋਂ ਉਚੇਚੇ ਤੌਰ ਤੇ ਧੰਨਵਾਦ ਕਰਦੇ ਹਾਂ ਉਹਨਾਂ ਦਾ ਸਨਮਾਨ ਕੀਤਾ ਜਾਣਾ ਹੈ ਜੀ।
ਜੀ ਮਾਲ, ਸੰਤੋਖ ਸਿੰਘ ਜੀ ਵਿਰਕ, ਸ਼ਿੰਦਰ ਸਿੰਘ ਧੰਨਵਾਦ ਕਰਦੇ ਆ, ਨਿੱਘਾ ਜੀ ਆਇਆਂ ਆਖਦੇ ਆ, ਸਾਰੀ ਸਤਿਕਾਰ ਦੇ ਯੋਗ ਸ਼ਖਸੀਅਤਾਂ ਨੇ। ਪਹਿਲੇ ਸੈਮੀ ਦੀ ਗੱਲ ਹੋਵੇਗੀ, ਤਕੜਾ ਮੈਚ ਖੇਡਿਆ ਜਾਵੇਗਾ ਦੋਨੇ ਟੀਮਾਂ ਦੇ ਵਿੱਚ। ਸਾਰੇ ਆਇਓ, ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਨਿਊਜ਼ੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ ਦੀ ਤਰਫੋਂ ਜਿੰਨੇ ਵੀ ਸਾਰੇ ਨਿਊਜ਼ੀਲੈਂਡ ਦੇ ਗੁਰੂ ਘਰ ਆ ਉਹਨਾਂ ਵੱਲੋਂ ਹਮਿਲਟਨ ਗੁਰੂ ਘਰ ਨੂੰ ਜਿੱਥੇ ਅਸੀਂ ਵਧਾਈ ਦਿੰਦੇ ਹਾਂ, 10 ਸਾਲ ਬਾਅਦ ਅਸੀਂ ਇਹ ਰੌਣਕ ਦੁਬਾਰਾ ਇਹਨਾਂ ਗਰਾਊਂਡਾਂ 'ਚ ਦੇਖੀ ਹੈ ਅਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਆਪਣੇ ਵੱਲੋਂ। ਜਦੋਂ 1999 ਦੇ ਵਿੱਚ ਮਾਈਗ੍ਰੇਸ਼ਨ ਸ਼ੁਰੂ ਹੋਈ ਹੈ ਨਿਊਜ਼ੀਲੈਂਡ ਦੇ ਵਿੱਚ, ਮਜ਼ੋਰਟੀ ਵਿੱਚ ਸਾਡੇ ਜਿੰਨੇ ਵੀ ਨਵੇਂ ਆਏ ਸੀ ਸਾਰੇ ਆਣ ਕੇ ਤਕਰੀਬਨ ਹਮਿਲਟਨ 'ਚ ਸ਼ੁਰੂਆਤ ਜਿਹੜੀ ਹੈ ਉਹਨਾਂ ਦੀ ਹੋਈ ਹੈ, ਚਾਹੇ ਉਹ ਫਾਰਮ ਦੇ ਵਿੱਚੋਂ ਕਿਸੇ ਵੀ ਤਰ੍ਹਾਂ ਦੀ ਜੋਬ ਹੋਵੇ। ਉਦੋਂ ਇਸ ਗੁਰੂ ਘਰ ਦੇ ਵਿੱਚ ਸਭ ਤੋਂ ਜ਼ਿਆਦਾ ਨਿਊਜ਼ੀਲੈਂਡ ਦੇ ਵਿੱਚ ਰੌਣਕਾਂ ਜਿਹੜੀਆਂ ਉਹ ਇਸ ਗੁਰੂ ਘਰ ਦੇ ਵਿੱਚ ਹੋਇਆ ਕਰਦੀਆਂ ਸਨ ਗੇਮਾਂ ਦੇ ਵਿੱਚ 1999 'ਚ। ਅਤੇ ਆਪਣੇ ਇੱਕ ਕਹਾਵਤ ਹੈ, ਪੁੱਤ ਬੇਸ਼ੱਕ ਕੱਦ ਦੇ ਵਿੱਚ ਆਪਣੇ ਪੇ ਨਾਲੋਂ ਉੱਚਾ ਹੋ ਜਾਵੇ ਪਰ ਪੇ ਨੇ ਹਮੇਸ਼ਾ ਪਿਓ ਹੀ ਰਹਿਣਾ ਹੁੰਦਾ ਹੈ। ਇਹ ਗੁਰੂ ਘਰ ਜਿਹੜਾ ਇੱਥੋਂ ਦੇ ਸਿੱਖਾਂ ਨੇ ਸਾਡੇ ਤੋਂ ਸਭ ਤੋਂ ਪਹਿਲਾਂ ਗੁਰੂ ਘਰ ਜਿਹੜਾ ਨਿਊਜ਼ੀਲੈਂਡ ਦੇ ਵਿੱਚ ਬਣਿਆ ਹੋਇਆ ਜਿੱਥੇ ਕਿ ਇਹ ਰੌਣਕਾਂ ਜਿਹੜੀਆਂ ਇੱਦਾਂ ਹਮੇਸ਼ਾ ਰਹਿਣੀਆਂ ਚਾਹੀਦੀਆਂ ਸੀ ਅਤੇ ਇਹ ਜਿਹੜੀਆਂ ਅੱਜ ਸ਼ੁਰੂ ਹੋਈਆਂ। ਦੁਬਾਰਾ ਮੈਂ ਆਪ ਸਮੁੱਚੀ ਸੰਗਤ ਨੂੰ ਬੇਨਤੀ ਕਰਦਾ, ਅਸੀਂ ਤਾਂ ਇੱਕ ਸਿਰਫ ਸਾਰੇ ਜਣੇ ਰਲ ਕੇ ਸਾਥ ਦੇਣ ਵਾਲੇ ਹਾਂ ਕਿਉਂਕਿ ਅਸੀਂ 1999 ਦੇ ਵਿੱਚ ਇਸ ਗੁਰੂ ਘਰ ਦੇ ਵਿੱਚ ਬੈਠ ਕੇ ਜਿੱਥੇ ਕੀਰਤਨ ਸਰਵਣ ਕੀਤਾ ਉੱਥੇ ਲੰਗਰ ਛਕੇ ਹੋਏ ਆ ਅਤੇ ਅਸੀਂ ਕਦੀ ਕਿਰਤ ਘੱਟ ਨਹੀਂ ਹੋ ਸਕਦੀ। ਇਸ ਕਰਕੇ ਬੇਸ਼ੱਕ ਸੰਸਥਾਵਾਂ ਵੱਡੀਆਂ ਸਾਡੇ ਕੋਲ ਹੋਰ ਥਾਵਾਂ 'ਤੇ ਹੋਣ ਪਰ ਜਿਹੜੇ ਇਹ ਗੁਰੂ ਘਰ ਆ ਇਹਨੂੰ ਆਪਾਂ ਹਮੇਸ਼ਾ ਪਹਿਲੇ ਗੁਰੂ ਘਰ ਨੂੰ ਜਿਹੜਾ ਭੁੱਲਣਾ ਨਹੀਂ। ਮੈਂ ਅੱਜ ਮਾਤਾ ਸਾਹਿਬ ਕੌਰ ਦੀ ਸੰਸਥਾ ਦੇ ਜਿਹੜੇ ਮੁਖੀ ਆ ਉਹਨਾਂ ਨਾਲ ਵੀ ਫੋਨ 'ਤੇ ਗੱਲ ਕਰਦਾ ਰਾਹ ਦੇ ਵਿੱਚ ਆ ਰਿਹਾ ਸੀ ਅਤੇ ਉਹਨਾਂ ਨੇ ਵੀ ਇਹ ਕਿਹਾ ਕਿ ਅਸੀਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਕਿ ਆਪਾਂ ਸਾਰੇ ਹੀ ਇਸ ਗੁਰੂ ਘਰ ਦੇ ਨਾਲ ਦੁਬਾਰਾ ਪਹਿਲਾਂ ਦੀ ਵਾਂਗ ਜਿਹੜਾ ਆਪਾਂ ਸਾਰੇ ਜਣੇ ਸਾਥ ਦੇਵਾਂਗੇ ਕਿਉਂਕਿ ਇਹ ਗੁਰੂ ਘਰ ਜਿਹੜਾ ਇਹ ਸਾਡੇ ਵਾਸਤੇ ਇੱਕ ਵਿਰਾਸਤ ਹੈ ਨਿਊਜ਼ੀਲੈਂਡ ਦੇ ਵਿੱਚ ਸਾਡੀ। ਸੋ ਆਪ ਜਿੰਨੇ ਆਇਓ ਜੇ ਤੁਸੀਂ ਸਾਰੇ ਇਸ ਚੀਜ਼ ਨਾਲ ਸਪਸ਼ਟ ਤੌਰ 'ਤੇ ਸਹਿਮਤ ਹੋ ਕਿਉਂਕਿ ਕੱਲ੍ਹ ਨੂੰ ਤੁਸੀਂ ਕਿਸੇ ਵੀ ਘਰਾਂ ਵਿੱਚ ਆਣ ਕੇ ਇੱਥੇ ਹੁਣ ਨਿਊਜ਼ੀਲੈਂਡ 'ਚ ਜਿਹੜੇ ਨਵੇਂ ਆਏ ਆ ਸੈਟਲ ਹੋਏ ਹੋਵੋ 20 ਸਾਲ ਲੰਘ ਜਾਣ 30 ਲੰਘ ਜਾਣ ਪਰ ਜਦੋਂ ਵੀ ਕਿਤੇ ਸਮਾਂ ਮਿਲੇ ਜਿਹਦੇ ਘਰ ਤੁਸੀਂ ਪ੍ਰਸ਼ਾਦਾ ਛਕ ਲਿਆ ਇੱਕ ਵਾਰ ਆਣ ਕੇ ਹਮੇਸ਼ਾ ਯਾਦ ਰੱਖਿਓ ਉਹਨੂੰ ਕਦੇ ਭੁੱਲਿਓ ਨਾ ਕਿਉਂਕਿ ਆਉਣ ਵਾਲੀ ਪਨੀਰੀ ਤੁਹਾਨੂੰ ਹਮੇਸ਼ਾ ਉਦੋਂ ਯਾਦ ਰੱਖਦੀ ਆ ਜੇ ਤੁਸੀਂ ਆਪਣੇ ਤੋਂ ਪਹਿਲਾਂ ਸ਼ਕੂਨ ਵਾਲਿਆਂ ਨੂੰ ਯਾਦ ਰੱਖੋਗੇ। ਸੋ ਮੈਂ ਇੱਥੋਂ ਦੀ ਪ੍ਰਬੰਧਕ ਕਮੇਟੀ ਦਾ ਜਿਹੜੇ ਕਿ ਸਭ ਤੋਂ ਪੁਰਾਣੇ ਪਾਇਓਨੀਅਰ ਮੈਂਬਰ ਬਹੁਤੇ ਮੈਂਬਰ ਰਿਟਾਇਰ ਹੋ ਚੁੱਕੇ ਸਨ ਜਿਹੜੇ ਚਾਹੁੰਦੇ ਸੀ ਕਿ ਅਸੀਂ ਹੁਣ ਇਸ ਤੋਂ ਪਾਸੇ ਹੋ ਜਾਈਏ ਪਰ ਅਸੀਂ ਉਹਨਾਂ ਨੂੰ ਵੀ ਬੇਨਤੀਆਂ ਕੀਤੀਆਂ ਕਿ ਨਹੀਂ ਇੱਦਾਂ ਨਹੀਂ ਸਰਨਾ ਤੁਸੀਂ ਸਾਰੇ ਜਾਣੇ ਇੱਕ ਵਾਰ ਦੁਬਾਰਾ ਇਸ ਸੰਸਥਾ ਨੂੰ ਸੰਭਾਲ ਕੇ ਸੰਸਥਾ ਨੂੰ ਦੁਬਾਰਾ ਰੌਣਕਾਂ ਇਸ ਬੈਲਟਨ ਦੇ ਵਿੱਚ ਲਾ ਕੇ ਫਿਰ ਤੁਸੀਂ ਇਹ ਬੈਲਟਨ ਜਿਹੜੀ ਆ ਉਹ ਨਵੀਂ ਪਨੀਰੀ ਨੂੰ ਫੜਾਓਗੇ ਤਾਂ ਇਹ ਗੁਰੂ ਘਰ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਤਰੱਕੀਆਂ ਕਰੇਗਾ। ਸੋ ਆਪ ਸਾਰਿਆਂ ਨੂੰ ਬੇਨਤੀ ਹੈ ਆਓ ਆਪਾਂ ਜੈਕਾਰੇ ਦੇ ਨਾਲ ਇੱਥੋਂ ਦੇ ਪ੍ਰਬੰਧਕਾਂ ਦਾ ਸਾਥ ਦਈਏ। ਸਾਰੇ ਜਾਣਿਆਂ ਨੂੰ ਬੇਨਤੀ ਹੈ ਜੇ ਤੁਸੀਂ ਅੱਜ ਦੇ ਮੇਲੇ ਵਿੱਚ ਰੌਣਕਾਂ ਨੂੰ ਪਸੰਦ ਕਰਦੇ ਹੋ ਸਾਰਿਆਂ ਨੇ ਜੈਕਾਰੇ ਦਾ ਜਵਾਬ ਦੇਣਾ। ਬੋਲੇ ਸਾਡੇ ਨਾਲ ਡਾਕਟਰ ਪਰਮਜੀਤ ਪਰਮਾਰ ਮੈਂਬਰ ਆਫ ਪਾਰਲੀਮੈਂਟ ਜਿਹੜੇ ਕਿ ਐਕ ਪਾਰਟੀ ਤੋਂ ਉਹ ਵੀ ਸਾਡੇ ਨਾਲ ਹਨ। ਸੋ ਦੋ ਲਫ਼ਜ਼ ਜੋ ਬੋਲ ਕੇ ਆਪਾਂ ਜਿਹੜੀ ਆ ਗੇਮ ਜਿਹੜੀ ਆ ਨਾਲ ਦੀ ਨਾਲ ਹੀ ਸ਼ੁਰੂ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਜਿਹੜੀ ਲੋਕਲ ਇੱਥੇ ਪ੍ਰਬੰਧਕ ਕਮੇਟੀ ਆ ਉਹਨਾਂ ਦਾ ਮੈਂ ਧੰਨਵਾਦ ਕਰਦੀ ਹਾਂ। ਰਣਜੀਤ ਭਾਈ ਸਾਹਿਬ ਜੀ ਨੇ ਜੋ ਵਰਡਸ ਯੂਜ਼ ਕੀਤੇ ਨੇ ਤੁਹਾਡਾ ਧੰਨਵਾਦ ਕਰਨ ਲਈ ਉਹਨਾਂ ਵਰਡਸ ਨੂੰ ਵੀ ਮੈਂ ਵੀ ਸ਼ੁਰੂ ਕਰਦੀ ਹਾਂ। ਗੁਰਲਾਣੀ ਨਾਲ ਮੈਂ ਕਹਿਣਾ ਚਾਹੂੰਗੀ ਕਿ ਰਣਜੀਤ ਭਾਈ ਸਾਹਿਬ ਜੀ ਜਿਹੜੀ ਲੀਡਰਸ਼ਿਪ ਵੀ ਦਿਖਾ ਰਹੇ ਨੇ ਐਜ਼ ਦਾ ਪ੍ਰੈਜ਼ੀਡੈਂਟ, ਜਿਹੜੀ ਸਾਡੀ ਪੂਰੀ ਸਿੱਖ ਕਮਿਊਨਿਟੀ ਇਕੱਠੀ ਹੋ ਗਈ ਹੈ ਪੂਰੇ ਨਿਊਜ਼ੀਲੈਂਡ ਦੇ ਵਿੱਚ, ਉਹ ਵੀ ਮੈਂ ਐਕਨੋਲੇਜ ਕਰਨਾ ਚਾਹਾਂਗੀ। ਪੂਰੀ ਦੇ ਨਾਲ ਨਾਲ ਜਿੱਦਾਂ ਕਿ ਰਣਜੀਤ ਭਾਈ ਸਾਹਿਬ ਜੀ ਨੇ ਟੱਚ ਕੀਤਾ ਹਿਸਟਰੀ ਦੇ ਉੱਤੇ, ਸਾਡੇ ਲਈ ਜਿਹੜੀ ਸਾਡੀ ਹਿਸਟਰੀ ਹੈ ਉਹ ਬਹੁਤ ਹੀ ਇੰਪੋਰਟੈਂਟ ਹੈ ਔਰ ਉਸ ਹਿਸਟਰੀ ਨੂੰ ਨਜ਼ਰ ਰੱਖਦੇ ਹੋਏ
ਹੈਮਿਲਟਨ ਗੁਰਦੁਆਰਾ ਸਾਹਿਬ ਜਿੱਥੇ ਅਸੀਂ ਹੈਗੇ ਹਾਂ, ਇਹਦੀ ਜਿਹੜੀ ਅਹਿਮੀਅਤ ਆ ਸਾਡੇ ਸਿੱਖ ਧਰਮ ਲਈ ਇੱਥੇ ਨਿਊਜ਼ੀਲੈਂਡ ਦੇ ਵਿੱਚ, ਇਹ ਬਹੁਤ ਬੜੀ ਆ ਔਰ ਇਹਨੂੰ ਸਾਨੂੰ ਹਰ ਵੇਲੇ ਯਾਦ ਰੱਖਣਾ ਚਾਹੀਦਾ ਹੈ। ਔਰ ਜਿੰਨੇ ਵੀ ਸਾਡੇ ਭਰਾ ਭੈਣ ਆਏ ਜਦ ਤੋਂ ਗੁਰਦੁਆਰਾ ਸਾਹਿਬ ਬਣਿਆ, ਸੇਵਾ ਕੀਤੀ, ਉਹਨਾਂ ਨੂੰ ਵੀ ਮੈਂ ਐਕਨੋਲੇਜ ਕਰਨਾ ਚਾਹੂੰਗੀ। ਔਰ ਵਿਸਾਖੀ ਆ ਰਹੀ ਹੈ ਜਿਹੜਾ ਕਿ ਸਾਡੇ ਲਈ ਬਹੁਤ ਹੀ ਗਰਵ ਦਾ ਤਿਉਹਾਰ ਹੈਗਾ ਆ, ਵਿਸਾਖੀ ਦਾ ਇਹ ਮੇਲਾ ਇੱਥੇ ਮਨਾਇਆ ਜਾ ਰਿਹਾ ਆ। ਜਿੰਨੇ ਵੀ ਇੱਥੇ ਪਾਰਟੀਸੀਪੈਂਟਸ ਨੇ, ਜਿੰਨੀਆਂ ਵੀ ਟੀਮਸ ਹੈ ਜਿਨ੍ਹਾਂ ਨੇ ਪਾਰਟੀਸੀਪੇਟ ਕੀਤਾ ਹੈ, ਉਹਨੂੰ ਵੀ ਮੈਂ ਧੰਨਵਾਦ ਕਰਨਾ ਚਾਹੂੰਗੀ। ਹੋਰ ਕੋਂਗਰੈਚੁਲੇਸ਼ਨਸ ਵੀ ਕਹਿਣਾ ਚਾਹੂੰਗੀ ਜਿਹੜੀਆਂ ਕਿ ਵਿਨਿੰਗ ਟੀਮਸ ਹੋਣਗੀਆਂ ਅੱਜ ਦੀਆਂ। ਹੋਰ ਇੱਕ ਵਾਰੀ ਫਿਰ ਜੀ ਦਲਜੀਤ ਭਾਈ ਸਾਹਿਬ ਜੀ, ਉਹਨਾਂ ਦੀ ਪੂਰੀ ਲੀਡਰਸ਼ਿਪ ਜਿਹੜੀ ਹੈਗੀ ਹੈ, ਟੀਮ ਜਿਹੜੀ ਉਹਨਾਂ ਦੇ ਨਾਲ ਆ, ਹੋਰ ਲੋਕਲ ਜਿਹੜੀ ਕਮੇਟੀ ਆ, ਤੁਹਾਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਕਿ ਤੁਸੀਂ ਇੰਨਾ ਸਕਸੈਸਫੁਲ ਇਹ ਜਿਹੜਾ ਵਿਸਾਖੀ ਮੇਲਾ ਹੈ ਇੱਥੇ ਔਰਗਨਾਈਜ਼ ਕੀਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੱਸੂ ਭਲਵਾਨ ਦਾ ਕੀਤਾ ਜਾ ਰਿਹਾ, ਸਾਡਾ ਸਤਿਕਾਰ ਹੈ ਪਿੰਡੇ ਭੰਗਲ ਵੱਲੋਂ, ਅਯਾਨ ਸਪੋਰਟਸ ਕਲੱਬ ਦੇ ਵੱਲੋਂ ਜਿਹੜਾ ਮਾਨ ਸਨਮਾਨ ਕੀਤਾ ਜਾ ਰਿਹਾ ਸਾਡੇ ਭਰਾ ਜੱਸੂ ਦਾ, ਉਧਰ ਟਾਈਗਰ ਸਪੋਰਟਸ ਕਲੱਬ ਦੀ ਟੀਮ ਜਿਹੜੀ ਸੈਕਿੰਡ ਰਹੀ ਹੈ ਵਾਲੀਬਾਲ ਦੇ ਟੂਰਨਾਮੈਂਟ ਦੇ। ਕਬੱਡੀ ਭਰ ਰਹੀ ਹੈ ਸਾਹਮਣੇ, ਚਾਰ ਨੇ, ਚਾਰਾਂ ਦੇ ਵਿੱਚੋਂ ਦੇਖਾਂਗੇ ਕੌਣ ਪਹਿਲਾਂ ਵਿਜਾ ਕਰਵਾਵੇਗਾ, ਕੌਣ ਸਿਰਾ ਕਰਵਾਵੇਗਾ, ਕੌਣ ਸਿਰਾ ਕਰਵਾਵੇਗਾ। ਆਓ ਸਾਹਮਣੇ ਦੇਖੋ, ਡੋਗਰ ਦੀ ਕਬੱਡੀ, ਡੋਗਰ ਦੀ ਕਬੱਡੀ, ਸੋਨੀ ਸੋਨੀ, ਫੱਕਰ ਝੰਡਾ, ਫੱਕਰ ਝੰਡਾ, ਫੱਕਰ ਝੰਡਾ, ਆਓ ਫੱਕਰ ਝੰਡਾ। ਮੈਂ ਕਿਹਾ ਸਿਰ ਤੇ 20 ਸਾਲ ਦੀ ਉਮਰ ਬਣਦੀ ਆ ਤੇ ਦੋ ਵਾਰ ਨਿਊਜ਼ੀਲੈਂਡ ਆ ਗਿਆ ਤੇ ਹੁਣ ਕਹਿੰਦਾ ਕੈਨੇਡਾ ਗਿਆ ਖੇਡ ਗਰਾਊਂਡਾਂ ਦੇ ਵਿੱਚ। ਵਾਹਿਗੁਰੂ ਦੀ ਮਿਹਰ ਸਦਕਾ ਕਰਾਵਾਂਗਾ ਬੱਲੇ ਬੱਲੇ। ਹਾਂ ਦੇਖਦਾ ਇੱਕ ਪਾਸੇ ਪੂਲੇ ਵਾਲਾ ਨਿੰਮਾ, ਕਿੱਥੋਂ ਦਾ ਬਲਕਾਰ ਸਿੱਧੂ ਕਹਿੰਦਾ ਹੁੰਦਾ ਕਿ ਭਿੱਜ ਗਈਆਂ ਨਨਾਨੇ ਕੂਣੀਆਂ, ਨਾਲੇ ਬਾਹਰੇ ਭਿੱਜ ਗਏ। ਰਿੰਕੂ ਦੀ ਕਬੱਡੀ, ਰਿੰਕੂ ਦੀ ਕਬੱਡੀ, ਇਹਨੂੰ ਕਿਸੇ ਗੱਲ ਕਰਕੇ ਦੱਸਿਆ ਸੀ, ਇਹਨੂੰ ਕਿਸੇ ਗੱਲ ਹੋ ਗਈ ਜੀ। ਇੱਕ ਮਿੰਟ ਭਾਈ ਸਾਈਡ ਤੇ ਮਾੜਾ ਜਿਹਾ, ਹਾਂਜੀ ਇੱਕ ਮਿੰਟ ਭਾਜੀ, ਇੱਕ ਮਿੰਟ ਭਾਈ ਜੀ, ਸਾਰੇ ਸਾਹਮਣੇ ਦੇਖੋ ਜੀ, ਸਾਹਮਣੇ ਸਾਰੇ ਇਧਰ। ਫਸਟ ਪ੍ਰਾਈਜ਼ ਅਯਾਨ, ਵੱਡੀ ਕਲੱਬ ਆਕਲੈਂਡ। ਸੈਕੰਡ ਰਵੰਡੀ ਰਾਏ ਵਾਲਾ, ਜੁਆਇੰਟ ਬੈਸਟ ਜਾਫੀ ਨੇ, ਬੈਸਟ ਰੇਡਰ ਜਿਹੜਾ ਉਹ ਨਿੱਕਾ ਇੰਦੌਰ ਤੇ ਸੋਨੀ ਭਾਦੜੇ ਵਾਲਾ, ਇਹ ਜੁਆਇੰਟ ਜਿਹੜੇ ਬੈਸਟ ਜਿਹੜੇ